2017 ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੁਟਕਾ ਸਾਹਿਬ ਹੱਥ ਵਿੱਚ ਫੜ ਕੇ ਸੌਂ ਖਾਧੀ ਗਈ ਸੀ ਕਿ 4 ਹਫ਼ਤਿਆਂ ਵਿੱਚ ਹੀ ਨਸ਼ੇ ਦਾ ਲੱਕ ਤੋੜ ਦਿੱਤਾ ਜਾਵੇਗਾ। ਲੇਕਿਨ ਅੱਜ 4.5 ਸਾਲ ਬੀਤ ਜਾਣ ਤੋਂ ਬਾਅਦ ਵੀ ਨਸ਼ਾ ਉਸੇ ਤਰ੍ਹਾਂ ਹੀ ਧੜਲੇ ਨਾਲ ਵਿਕ ਰਿਹਾ। ਜੇਕਰ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੀ ਤਾਂ ਅੰਮ੍ਰਿਤਸਰ ਦੇ ਵਿੱਚ ਵੀ ਪੁਲਿਸ ਵੱਲੋਂ ਆਪਣੀ ਪਾਰਟੀ ਬਣਾ ਕੇ ਨਸ਼ਾ ਤਸਕਰਾਂ ਦੇ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦੇ ਤਹਿਤ ਉਹਨਾਂ ਵੱਲੋਂ 2 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਦੇ ਖਿਲਾਫ ਪਹਿਲਾਂ ਵੀ ਨਸ਼ਾ ਤਸਕਰੀ ਅਤੇ ਹੋਰ ਵੀ ਕਈ ਮਾਮਲੇ ਦਰਜ ਨੇ। ਆਓ ਜਾਣ ਲੈਂਦੇ ਹਾਂ ਇਸ ਮੌਕੇ ਜਾਣਕਾਰੀ ਦਿੰਦੇ ਹਾਂ ਪੁਲਿਸ ਅਧਿਕਾਰੀ ਦਾ ਕੀ ਕਹਿਣਾ ਹੈ। ਉਹਨਾਂ ਨੇ ਖਾਸ ਟੀਮਾਂ ਬਣਾ ਕੇ ਨਸ਼ਾ ਤਸਕਰਾਂ ਦੇ ਮੈਂ ਵਿਰਦੀ ਸੀ, ਜਿਸ ਦੌਰਾਨ ਪਹਿਲਾਂ ਹੀ ਇੱਕ ਮੁਕਦਮਾ ਨੰਬਰ 63 ਮਿਤੀ 16/6/21 NDPS ਐਕਟ ਅਤੇ ਮੁਕਦਮਾ ਨੰਬਰ 79 ਮਿਤੀ 19/7/21 NDPS ਐਕਟ ਦਾ ਦਰਜ ਨੇ, ਜਿਨ੍ਹਾਂ ਵਿੱਚ ਇੱਕ ਸੁਖਵਿੰਦਰ ਸਿੰਘ ਗੁੱਲੂ ਅਤੇ ਰਾਜਵਿੰਦਰ ਸਿੰਘ ਟਿੰਕੂ ਨਾਮ ਦੇ ਦੋਸ਼ੀ ਜਿਹੜੇ ਨੇ ਨਾਮਜ਼ਦ ਨੇ, ਜਿਨ੍ਹਾਂ ਦੀ ਗ੍ਰਿਫਤਾਰੀ ਲਈ ਲਗਾਤਾਰ ਰੇਡ ਮਾਰੇ ਜਾ ਰਹੇ ਸੀ, ਘਰਾਂ ਤੋਂ ਗ੍ਰਿਫਤਾਰੀ ਤੋਂ ਡਰਦੇ ਮਾਰੇ ਅੱਗੇ ਪਿੱਛੇ ਭਜਦੇ। ਜੋ ਕੱਲ੍ਹ ਸਾਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਮੁਖਬਰ ਖਾਸ ਦੀ ਤਲਾਹ 'ਤੇ, ਜੋ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਬਰਾਮਦ ਹੋਈ ਹੈ। ਇਹਨਾਂ ਨੂੰ ਮੁਕੱਦਮੇ ਵਿੱਚ ਗ੍ਰਿਫਤਾਰ ਕੀਤਾ ਗਿਆ, ਜੋ ਇਹਨਾਂ ਨੂੰ ਅੱਜ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਮੁਕੱਦਮਿਆਂ ਦੇ ਵਿੱਚ ਕਿੱਥੇ ਕਿੱਥੇ ਇਹਨਾਂ ਨੇ ਸਪਲਾਈ ਕੀਤੀ ਹੈ, ਕਿੱਥੋਂ ਲੈਂਦੇ ਨੇ, ਸਾਰੀ ਕੋਸ਼ਿਸ਼ ਕੀਤੀ ਜਾਵੇਗੀ ਅਤੇ ਇਨਵੈਸਟੀਗੇਸ਼ਨ ਜਿਹੜੀ ਕੰਪਨੀ ਇਹ ਪਹਿਲਾਂ ਹੀ ਬਰਾਮਦਗੀ ਹੋ ਚੁੱਕੀ ਹੈ। ਇੱਕ ਮੁਕੱਦਮੇ 'ਚ 8 ਗ੍ਰਾਮ, ਇੱਕ 'ਚ 25 ਗ੍ਰਾਮ ਹੈਰੋਨ ਪਹਿਲਾਂ ਹੀ ਬਰਾਮਦ ਹੈ, ਜਿਹੜੇ ਇਹਨਾਂ ਦੇ ਪਹਿਲਾਂ ਦੋਸ਼ੀ ਗ੍ਰਿਫਤਾਰ ਕੀਤੇ ਉਹਨਾਂ ਵਿੱਚ ਹੀ ਇਹਨਾਂ ਦੀ ਇਨਵੋਲਵਮੈਂਟ ਨਾਲ ਆ। ਹਾਂ, ਮਤਲਬ ਸਾਰੇ ਥਾਣਿਆਂ ਨੂੰ ਕੰਟਰੋਲ ਰੂਮ ਰਸਤੇ ਸਾਰੇ ਥਾਣਿਆਂ ਨੂੰ ਇਨਫੋਰਮ ਕੀਤਾ ਜਾ ਰਿਹਾ, ਜਿਹਨੂੰ ਵੀ ਇਸ ਮੁਕੱਦਮੇ ਵਿੱਚ ਲੋੜੀਂਦੇ ਹੋਣਗੇ ਅਤੇ ਉਹ ਵੀ ਆਪਣਾ ਇਹਨੂੰ ਰਿਮਾਂਡ 'ਤੇ ਹਾਸਲ ਕਰਨਗੇ। ਇਹ ਹੁਣ ਇਨਵੈਸਟੀਗੇਸ਼ਨ ਦਾ ਹਿੱਸਾ ਹੈ, ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਅਗਲੀ ਤਫਤੀਸ਼ ਪੁੱਛਗਿੱਛ ਕਰਕੇ ਹੋਰ ਵੀ ਖੁਲਾਸੇ ਹੋ ਸਕਦੇ। ਆਦਿ ਵੀ ਹੈ ਅਤੇ ਵੇਚਦਾ ਵੀ ਹੈ ਅਜੇ ਨਹੀਂ, ਪਹਿਲੇ ਬਰਾਮਦਗੀ ਜਿਹੜੀ ਆ ਉਸੇ ਦੀ ਜੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਅਤੇ ਪੁੱਛਗਿੱਛ ਜਾਰੀ ਆ, ਰਿਮਾਂਡ 'ਤੇ ਹੋਰ ਪੁੱਛਗਿੱਛ ਕਰਕੇ ਅਤੇ ਅਗਲੇ ਕਾਫੀ ਪਰਚੇ ਦਰਜ ਨੇ ਇੱਥੇ, ਕਾਫੀ ਪਰਚੇ ਦਰਜ ਨੇ ਨਸ਼ਾ ਵੇਚਣ ਦੇ, ਸ਼ਰਾਬ ਦੇ, ਲੜਾਈ ਝਗੜਿਆਂ ਦੇ, ਕਾਫੀ ਪਰਚੇ ਦਰਜ। ਅਜੇ ਇਹ ਪੁੱਛਗਿੱਛ ਕਰ ਜਾ ਰਹੀ ਆ, ਰਿਮਾਂਡ ਅਦਾਲਤ 'ਚ ਪੇਸ਼ ਕਰਨ ਗਏ ਆ, ਪੇਸ਼ ਕਰਨ ਤੋਂ ਬਾਅਦ ਰਿਮਾਂਡ 'ਚ ਪੁੱਛਗਿੱਛ ਕਰਾਂਗੇ, ਜਿੱਥੇ ਜਿੱਥੇ ਵੀ ਹੋਣਗੇ ਉਹ ਉਜਾਗਰ ਕੀਤੇ ਜਾਣਗੇ।